ਮਾਰਨਿੰਗ ਸਟੂਡੈਂਟਸ ਯੈਸਟਰਡੇ ਵੀ ਡਿਡ ਆਰ ਸੈਕੰਡ ਲੌਂਗ ਕੁਐਸਚਨ ਥੈਟ ਇਜ਼ ਕਰੈਕਟਿਸ ਸਕੈਚ ਆਫ ਹਸਨ ਆਈ ਹੋਪ ਯੂ ਅੰਡਰਸਟੂਡ ਥੈਟ ਕੁਐਸਚਨ ਨਾਓ ਆਮ ਗੋਇੰਗ ਟੂ ਐਕਸਪਲੇਨ ਯੂ ਦਾ ਥਰਡ ਕੁਐਸਚਨ ਆਫ ਥਿਸ ਚੈਪਟਰ ਥੈਟ ਇਜ਼ ਥੀਮ ਆਫ ਦਾ ਚੈਪਟਰ ਸੋ ਲਿਸਨ ਐਂਡ ਵਾਚ ਥਿਸ ਵੀਡੀਓ ਵੈਰੀ ਅਟੈਂਟਿਵਲੀ ਫਸਟ ਆਫ ਆਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਥੀਮ ਕੀ ਹੁੰਦਾ ਹੈ ਥੀਮ ਰੈਫਰ ਟੂ ਮੇਨ ਆਈਡੀਆ অর ਮੋਰਲ ਆਫ ਦਾ ਸਟੋਰੀ ਥੀਮ ਉਹ ਚੀਜ਼ ਹੈ ਜੋ ਕਿਸੇ ਵੀ ਮਤਲਬ ਕਿ ਮੇਨ ਆਈਡੀਆ ਨੂੰ ਦੱਸਦੀ ਹੈ ਜਾਂ ਫਿਰ ਕਿਸੇ ਸਟੋਰੀ ਦੇ ਮੋਰਲ ਨੂੰ ਦੱਸਦੀ ਹੈ ਜਿੰਨੀ ਦੇਰ ਤੱਕ ਰਾਜੇ ਤੁਹਾਨੂੰ ਇਹਦਾ मीनिंग ਕਲੀਅਰ ਨਹੀਂ ਆ ਤਾਂ ਤੁਹਾਨੂੰ ਕੁਐਸਚਨ ਵੀ ਕਲੀਅਰ ਨਹੀਂ ਹੋਊਗਾ ਤੁਹਾਨੂੰ ਸਮਝ ਨਹੀਂ ਆਏਗਾ ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਥੀਮ ਕੀ ਚੀਜ਼ ਹੈ ਸਮ ਟਾਈਮਸ ਥਿਸ ਮੇਨ ਆਈਡੀਆ অর ਮੋਰਲ ਇਜ਼ ਸਟੇਟਡ ਡਾਇਰੈਕਟਲੀ ਕਈ ਵਾਰੀ ਇਹ ਜਿਹੜਾ ਮੇਨ ਆਈਡੀਆ ਜਾਂ ਫਿਰ ਮੋਰਲ ਹੈ ਸਟੋਰੀ ਦਾ ਉਹ ਡਾਇਰੈਕਟਲੀ ਸਾਨੂੰ ਦਿਖਾਇਆ ਜਾਂਦਾ ਹੈ ਐਂਡ ਸਮ ਟਾਈਮਸ ਦਾ ਰੀਡਰ ਹੈਜ਼ ਟੂ ਥਿੰਕ ਅਬਾਊਟ ਦਾ ਮੇਨ ਆਈਡੀਆ ਉਹ ਕਈ ਵਾਰੀ ਜਿਹੜਾ ਰੀਡਰ ਹੈ ਜਦੋਂ ਸਟੋਰੀ ਨੂੰ ਪੜ ਰਿਹਾ ਠੀਕ ਹੈ ਉਹ ਮਤਲਬ ਕਿ ਆ ਉਹਨੂੰ ਇਸ ਮੇਨ ਆਈਡੀਆ ਦੇ ਬਾਰੇ ਵਿੱਚ ਕੀਆ ਸੋਚਣਾ ਪੈਂਦਾ ਫੋਰ ਐਗਜ਼ਾਮਪਲ ਟੇਲ ਆਫ ਦਾ ਟੋਟਵਾਈਜ਼ ਐਂਡ ਹੇਅਰ ਟਿਪਿਕਲੀ ਐਂਡਸ ਵਿਦ ਸਲੋ ਐਂਡ ਸਟਿਡੀ wins the race ਐਗਜ਼ਾਮਪਲ ਤੇ ਤੌਰ ਤੇ ਜਿਹੜੀ ਇਹ ਕਹਾਣੀ ਹੈ ਇੱਕ ਖਰਗੋਸ਼ ਦੀ ਤੇ ਕੀ ਹੈ ਇੱਕ ਜੋ ਮਤਲਬ ਟੋਟਵਾਈਜ਼ ਜੋ ਹੈ ਕਛੂਆ ਠੀਕ ਹੈ ਉਹਨਾਂ ਦੋਨਾਂ ਦੀ ਸਟੋਰੀ ਤੁਸੀਂ ਸੁਣੀ ਹੋਊਗੀ ਕਹਿੰਦਾ ਉਹਦਾ ਐਂਡ ਕਿਹਦੇ ਨਾਲ ਹੁੰਦਾ ਸਲੋ ਐਂਡ ਸਟਿਡੀ ਵਿੰਗਸ ਦਾ ਰੇਸ ਯਾਨੀ ਕਿ ਉਹਦਾ ਇੱਕ ਮੋਰਲ ਨਿਕਲਦਾ ਸਟੋਰੀ ਦਾ ਠੀਕ ਹੈ ਤਾਂ ਹੁਣ ਆਪਾਂ ਇਸ ਲੈਸਨ ਦਾ ਥੀਮ ਕਰਦੇ ਹਾਂ ਦਿਸ ਚੈਪਟਰ ਟੀਚਸ ਅਸ ਇੰਪੋਰਟੈਂਸ ਆਫ ਡਿਸਪਲਿਨ ਇਨ ਲਾਈਫ ਇਹ ਚੈਪਟਰ ਸਾਨੂੰ ਕਾਦੇ ਬਾਰੇ ਦੱਸਦਾ ਕਿ ਲਾਈਫ ਦੇ ਵਿੱਚ ਸਾਡੇ ਲਈ ਡਿਸਪਲਿਨ ਕਿੰਨਾ ਇੰਪੋਰਟੈਂਟ ਹੈ ਹਸਨ ਵਾਸ ਬ੍ਰਾਈਟ ਸਟੂਡੈਂਟ ਹਸਨ ਕੀ ਸੀ ਇੱਕ ਇੰਟੈਲੀਜੈਂਟ ਬੱਚਾ ਸੀਗਾ ਹੀ ਆਲਵੇਸ ਗੋਟ ਫਸਟ ਡਿਵੀਜ਼ਨ ਇਨ ਹਿਸ ਕਲਾਸ ਉਹ ਹਮੇਸ਼ਾ ਆਪਣੀ ਕਲਾਸ ਚ ਫਸਟ ਡਿਵੀਜ਼ਨ ਨਾਲ ਪਾਸ ਹੁੰਦਾ ਐਗਜ਼ਾਮਸ ਨਾਲ ਚ ਪਾਸ ਹੁੰਦਾ ਠੀਕ ਹੈ ਜਿੱਦੋਂ ਵੀ ਕਲਾਸ ਚ ਉਹਨੇ ਹਮੇਸ਼ਾ ਫਸਟ ਡਿਵੀਜ਼ਨ ਕਲਾਸ ਚ ਵੀ ਤੇ ਐਗਜ਼ਾਮਸ ਚ ਵੀ ਜਦੋਂ ਵੀ ਕਲਾਸ ਦੇ ਵਿੱਚ ਕੋਈ ਟੈਸਟ ਹੋਣਾ ਜਾਂ ਐਗਜ਼ਾਮਸ ਹੋਣੇ ਤਾਂ ਹਮੇਸ਼ਾ ਫਸਟ ਹੁੰਦਾ ਬਟ ਹਿਸ ਲਾਈਫ ਵਾਸ ਨੋਟ ਰੈਗੂਲਰ ਪਰ ਉਹਦੀ ਲਾਈਫ ਰੈਗੂਲਰ ਨਹੀਂ ਸੀ ਹੀ ਵਾਸ ਇਨ ਦਾ ਹੈਬਿਟ ਆਫ ਗੈਟਿੰਗ ਅ ਪਲੇਟ ਉਹਦੀ ਕੀ ਆਦਤ ਸੀਗੀ ਉਹ ਲੇਟ ਉੱਠਦਾ ਸੀ ਕਿਉਂਕਿ ਰਾਜੀ ਉਹ ਸੌਂਦਾ ਹੀ ਲੇਟ ਸੀਗਾ ਠੀਕ ਹੈ ਕਿਉਂਕਿ ਸਾਰਾ ਦਿਨ ਤਾਂ ਉਹ ਚੈਟਿੰਗ ਤੇ ਲੱਗਿਆ ਰਹਿੰਦਾ ਜਾਂ ਫਿਰ ਕੀ ਆ ਮਿਊਜ਼ਿਕ ਸੁਣਦਾ ਜਿਹਦੇ ਨਾਲ ਕਿ ਉਹਦੇ ਪੇਰੈਂਟਸ ਵੀ ਪੂਰੇ ਫੈਡ ਅਪ ਹੋਏ ਹੋਏ ਸੀ ਥਿਸ ਹੈਬਿਟ ਕੰਟੀਨਿਊਡ ਈਵਨ ਆਫਟਰ ਹੀ ਗਾਟ ਦਾ ਜੋਬ ਇਹ ਜਿਹੜੀ ਉਹਦੀ ਹੈਬਿਟ ਸੀ ਇਹ ਕੰਟੀਨਿਊ ਰਹੀ ਜੇ ਉਹਨੂੰ ਜੋਬ ਵੀ ਮਿਲ ਗਈ ਸੀ ਤਾਂ ਉਹਦੇ ਬਾਅਦ ਵੀ ਕੀ ਆ ਉਹ ਇਦਾਂ ਹੀ ਲੇਜ਼ੀ ਰਿਹਾ ਹੀ ਵਾਸ ਆਲਵੇਸ ਲੇਟ ਉਹ ਹਮੇਸ਼ਾ ਲੇਟ ਰਹਿੰਦਾ ਸੀ ਸੋ ਹੀ ਲੋਸਟ ਜੌਬ ਆਫਟਰ ਜੌਬ ਐਂਡ ਹਿਸ ਲਾਈਫ ਬਿਕਮ ਫੇਲਰ ਤਾਂ ਉਹ ਇੱਕ ਜੌਬ ਤੋਂ ਬਾਅਦ ਇੱਕ ਜੌਬ ਤੋਂ ਬਾਅਦ ਦੂਜੀ ਜੌਬ ਉਹਦੇ ਹੱਥੋਂ ਜਾਂਦੀ ਰਹੀ ਤਾਂ ਉਹਦੀ ਲਾਈਫ ਕੀ ਸੀ ਇੱਕ ਫੇਲਰ ਬਣ ਗਈ ਸੀਗੀ ਉਹ ਲਾਈਫ ਦੇ ਵਿੱਚ ਅਸਫਲ ਹੋ ਗਿਆ ਸੀ ਵਨ ਡੇ ਹੀ ਮੈਟਿਜ਼ ਟੀਚਰ ਇੱਕ ਦਿਨ ਉਹ ਆਪਣੇ ਟੀਚਰ ਨੂੰ ਮਿਲਦਾ ਹੀ ਫੈਲਟ ਅ ਸ਼ੇਮ ਐਂਡ ਡਿਸਪਾਇੰਟਡ ਤੁਹਾਨੂੰ ਕੀ ਫੀਲ ਹੁੰਦਾ ਸ਼ੇਮ ਫੀਲ ਹੁੰਦੀ ਹੈ ਤੇ ਨਾਲ ਕੀ ਹੈ ਡਿਸਪਾਇੰਟਡ ਨਿਰਾਸ਼ ਹੁੰਦਾ ਹਸਨ ਵਾਸ ਡਿਸਲਾਈਕ ਬਾਈ ਹਿਸ ਪੇਰੈਂਟਸ ਉਹਦੇ ਪੇਰੈਂਟਸ ਵੀ ਉਹਨੂੰ ਲਾਈਕ ਨਹੀਂ ਕਰਦੇ ਸੀ ਹਿਸ ਏਮਪਲੋਇਰਸ ਡਿਡਨਟ ਲਾਈਕ ਹਿਸ ਲੇਜ਼ੀਨੈਸ ਐਂਡ ਇਰਿਸਪੋਨਸੀਬਲ ਬਿਹੇਵੀਅਰ ਜਿਹੜੇ ਉਹਦੇ ਏਮਪਲੋਇਰ ਸੀਗੇ ਉਹਦੇ ਲੇਜ਼ੀਨੈਸ ਜਿਹੜਾ ਉਹਦਾ ਆਲਸੀ ਪਨ ਸੀ ਉਹਨੂੰ ਲਾਈਕ ਨਹੀਂ ਕਰਦੇ ਸੀ ਇਰਿਸਪੋਨਸੀਬਲ ਬਿਹੇਵੀਅਰ ਨੂੰ ਵੀ ਪਸੰਦ ਨਹੀਂ ਕਰਦੇ ਸੀਗੇ ਕਿਉਰ ਮਤਲਬ ਕਿ ਆਪ ਕਿਸੇ ਵੀ ਚੀਜ਼ ਦੀ ਰਿਸਪੋਨਸੀਬਿਲਟੀ ਨਹੀਂ ਲੈਂਦਾ ਸੀ ਹੀ ਬਿਕਮ ਅ ਸੇਲਸਮੈਨ ਆਫ ਕੰਪਿਊਟਰ ਸੌਫਟਵੇਅਰ ਤਾਂ ਕੀ ਬਣਦਾ ਇੱਕ ਸੇਲਜ਼ਮੈਨ ਬਣ ਜਾਂਦਾ ਹੈ ਕੰਪਿਊਟਰ ਸੌਫਟਵੇਅਰ ਦਾ ਜਿਹੜਾ ਡੋਰ ਟੂ ਡੋਰ ਸੀਡੀ ਵੇਚਣ ਦਾ ਕੰਮ ਕਰਦਾ ਹੈ ਹੀ ਨੂ ਦੈਟ ਹੀ ਵਾਸ ਰਿਸਪੌਂਸੀਬਲ ਫੋਰ ਹਿਸ ਮਿਸਫੋਰਚਨ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਖੁਦ ਹੀ ਜ਼ਿੰਮੇਵਾਰ ਹੈ ਆਪਣੀ ਜਿਹੜੀ ਮਿਸਫੋਰਚਨ ਦਾ ਦੁੱਖਾਂ ਦਾ ਜਾਂ ਆਪਣੀ ਬਦਕਿਸਮਤੀ ਦਾ ਠੀਕ ਹੈ ਸ਼ੇਅਰਡ ਵਾਈਜ਼ ਹਿਮ ਟੂ ਗਿਵ ਅ ਪਲੇਸ ਇਨੈਸ ਐਂਡ ਵਰਕ ਹਾਰਡ ਇਨ ਲਾਈਫ ਜਿਹੜੀ ਉਹਦੀ ਟੀਚਰ ਸੀ ਸੁਦਾ ਮੂਰਤੀ ਉਹਨੂੰ ਕੀ ਐਡਵਾਈਸ ਦਿੰਦੀ ਹੈ ਉਹਨੂੰ ਕਹਿੰਦੀ ਤੂੰ ਆਪਣਾ ਲੇਜ਼ੀਨੈਸ ਨੂੰ ਛੱਡ ਦੇ ਆਲਸੀਪਨ ਨੂੰ ਛੱਡ ਦੇ ਤੇ ਆਪਣੀ ਲਾਈਫ ਚ ਕੀ ਆ ਹਾਰਡ ਵਰਕ ਕਰ ਹਸਨ ਪ੍ਰੋਮਿਸਡ ਦਾ ਨਰੇਟਰ ਹੀ ਕੁਡ ਚੇਂਜ ਈਜ਼ ਹੈਬਿਟਸ ਤਾਂ ਹਸਨ ਆਪਣੀ ਟੀਚਰ ਨਾਲ ਕੀ ਇੱਕ ਪ੍ਰੋਮਿਸ ਕਰਦਾ ਹੈ ਕਿ ਉਹ ਆਪਣੀ ਜੋ ਹੈਬਿਟਸ ਹੈ ਉਹਨੂੰ ਚੇਂਜ ਕਰੇਗਾ ਆਈ ਹੋਪ ਸਟੂਡੈਂਟਸ ਕੀ ਤੁਹਾਨੂੰ ਇਹ ਜਿਹੜਾ ਮੈਂ ਥੀਮ ਕਰਵਾਇਆ ਬਿਲਕੁਲ ਕਲੀਅਰ ਹੋ ਗਿਆ ਤਾਂ ਇਹਨੂੰ ਚੰਗੀ ਤਰ੍ਹਾਂ ਲਰਨ ਕਰਿਓ ਥੈਂਕ ਯੂ